ਹੈਲੋ ਫਰੈਂਡਸ ਅੱਜ ਅਸੀਂ ਗੱਲ ਕਰਨ ਆਪਾਂ ਅੱਜ ਸਲਾਦ ਬਣਾਉਣ ਲੱਗੇ ਆਂ ਵੈਜੀ ਪੈਟੀ ਦੇ ਨਾਲ ਇਹ ਇੱਕ ਆਪਣੇ ਆਪ ਵਿੱਚ ਇੱਕ ਪੂਰਾ ਮੀਲ ਹੈ ਇਹ ਕੱਲਾ ਸਲਾਦ ਨਹੀਂ ਹੈ ਕਿ ਆਪਾਂ ਜਿਵੇਂ ਖਾਣੇ ਦੇ ਨਾਲ ਖਾਣੀਆਂ ਇਹਨੂੰ ਤੁਸੀਂ ਪੂਰਾ ਜਿੱਦਾਂ ਬਣਾ ਕੇ ਖਾ ਲਓ ਦੁਪਹਿਰ ਦੇ ਟਾਈਮ ਤੇ ਤੁਹਾਡਾ ਲੰਚ ਹੋ ਜਾਏਗਾ ਇਹਨਾਂ ਇਨਾਫ ਹੈ ਇਨਾਫ ਪ੍ਰੋਟੀਨ ਹੈ ਇਹਦੇ ਲਈ ਆਪਾਂ ਲੈਣੇ ਆਂ ਪਾਲਕ ਵਾਸ਼ ਕੀਤੀ ਹੋਈ ਹੈ ਜੰਨੀਆਂ ਤੋੜ ਦਿੱਤੀਆਂ ਨੇ ਸਿਰਫ ਪਾਲਕ ਦੇ ਛੋਟੇ ਛੋਟੇ ਪੱਤੇ ਲੱਤੇ ਨੇ ਫਿਰ ਆਪਾਂ ਨੇ ਇਹ ਪੇਠਾ ਇਹਨੂੰ ਪੰਪਕਿਨ ਜਿੱਦਾਂ ਕਹ ਦਿੰਨੇ ਆ ਇਹਨੂੰ ਮੈਂ ਤੇਲ ਪਾ ਕੇ ਥੋੜਾ ਜਿਹਾ ਜਿੱਦਾਂ ਤਵੇ ਦੇ ਉੱਤੇ ਉਹਦਾ ਰੋਸਟ ਕੀਤਾ ਹੋਇਆ ਨਰਮ ਹੋ ਗਿਆ ਹੈ ਤਾਂ ਆਪਾਂ ਯੂਜ਼ ਕਰ ਰਹੇ ਹਾਂ ਠੰਡਾ ਹੋਣ ਤੇ ਹੁਣ ਆਪਾਂ ਪਾ ਦਿੰਨੇ ਆ ਕਰਾਂਚੀਸ ਲੋ ਇਹਨੂੰ ਪੱਤਾ ਦੀ ਗੋਭੀ ਕਹ ਦਿੰਨੇ ਆ ਉਹੀ ਹੈ ਬ੍ਰੀਕ ਬ੍ਰੀਕ ਕੱਟੀ ਹੋਈ ਹੈ ਇਹ ਇਹ ਦੋ ਤਰ੍ਹਾਂ ਦੀਆਂ ਮੇਰੇ ਕੋਲ ਹੀ ਪਰਪਲ ਵੀ ਹੈ ਤੇ ਹਰੇ ਵਾਲੀ ਵੀ ਹੈ ਤੁਸੀਂ ਇੱਕ ਵੀ ਯੂਜ਼ ਕਰ ਸਕਦੇ ਹੋ ਜਾਂ ਦੂਸਰੀ ਪਰਪਲ ਵਾਲੀ ਨਹੀਂ ਹੈ ਤੁਹਾਡੇ ਕੋਲ ਤਾਂ ਇੱਕ ਵੀ ਯੂਜ਼ ਕਰ ਲਓਗੇ ਉਹ ਵੀ ਇਨਾਫ ਹੈ ਇਹ ਆਪਾਂ ਪਾ ਲੈਨੇ ਆ ਖੀਰੇ ਖੀਰੇ ਹਰ ਕੋ ਖਾ ਲੈਂਦੇ ਆ ਤਾਂ ਬਹੁਤ ਅੱਛੀ ਹੁੰਦੀ ਹੈ ਸਲਾਦ ਦੇ ਵਿੱਚ ਪੀਸਸ ਦੇ ਵਿੱਚ ਕੱਟ ਕੇ ਛੋਟੇ ਛੋਟੇ ਆਪਾਂ ਖੀਰੇ ਪਾ ਰਹੇ ਹਾਂ ਇਹਦੇ ਵਿੱਚ ਖੀਰੇ ਦੇ ਨਾਲ ਹੀ ਹੁਣ ਆਪਾਂ ਇਹ ਚ ਪਾ ਦਾਂਗੇ ਬੀਟਰੂਟ ਬੀਟਰੂਟ ਦੇ ਥੋੜੇ ਪੀਸ ਜੂਸ ਕਰਦੇ ਆ ਥੋੜਾ ਡਿਫਰੈਂਟ ਹੋ ਜਾਂਦਾ ਬਾਕੀ ਗ੍ਰੀਨਰੀ ਹੈ ਥੋੜਾ ਖੱਟਾ ਮਿੱਠਾ ਹੋ ਜਾਂਦਾ ਇਹਨੂੰ ਆਪਾਂ ਚਕੰਦਰ ਕਹਿੰਦੇ ਆ ਪੰਜਾਬੀ ਦੇ ਵਿੱਚ ਹੁਣ ਇਹ ਪਾ ਰਹੇ ਆ ਆਪਾਂ ਵੈਜੀ ਪੇਟੀ ਵੈਜੀ ਪੇਟੀ ਤੁਹਾਨੂੰ ਬਰੀ ਬਣਾਈ ਵੀ ਮਿਲ ਜਾਂਦੀ ਹੈ ਤੁਸੀਂ ਜੇ ਹੁੰਦਾ ਘਰ ਵਿੱਚ ਬਣਾ ਸਕਦੇ ਹੋ ਇਹ ਵੇਗਨ ਵੈਜੀ ਪੇਟੀ ਹੈ ਇਹ ਤੁਹ ਕੁਛ ਨਹੀਂ ਪਾਇਆ ਹੋਇਆ ਇਦਾਂ ਹੋਰ ਦਾਲਾਂ ਤੋਂ ਬਣੀ ਹੈ ਇਹ ਆਪਾਂ ਲੈ ਰਹੇ ਹਾਂ ਕੈਸ਼ਿਨਟਸ ਕਾਜੂ ਪਾ ਦਨੇ ਆ ਚਾਰ ਪੰਜ ਥੋੜੀ ਜਿਹੀ ਆਪਾਂ ਪੈਪਿਟਾਈਜ਼ ਬਾਨਨੇ ਆ ਇਹਨੂੰ ਪੇਠੇ ਦੇ ਬੀਜ ਨੇ ਇਹਨੂੰ ਪੈਪਿਟਾਈਜ਼ ਕਰ ਲੈਂਦੇ ਨੇ ਪਰ ਸੇਮ ਮਗਜ਼ ਵਰਗੀ ਹੁੰਦੀ ਹੈ ਤਾਕਤ ਵੀ ਉਦਾਂ ਹੀ ਹੁੰਦੀ ਹੈ ਇਹਦੇ ਵਿੱਚ ਇਹ ਆਪਾਂ ਲੈ ਰਹੇ ਹਾਂ ਤੇ ਸਰਾਚੀ ਪਾਇਓ ਤਾਂ ਕਿ ਥੋੜਾ ਸਪਾਈਸੀ ਬਣਾਦੀ ਹੈ ਆਪਾਂ ਸਲਾਦ ਨੂੰ ਕਿਉਂਕਿ ਵੈਜੀ ਪੈਟੀ ਸਪਾਈਸੀ ਨਹੀਂ ਹੁੰਦੀ ਇਹ ਸਿਰਫ ਸਿੰਪਲ ਨਮਕ ਵਾਲੀ ਹੁੰਦੀ ਹੈ ਤੇ ਥੋੜੀ ਸਪਾਈਸੀ ਬਨ ਜਾਏਗੀ ਇਹਦੇ ਨਾਲ ਸਾਰਾ ਸਲਾਦ ਥੋੜਾ ਹਲਕਾ ਸਪਾਈਸੀ ਅੱਛਾ ਲੱਗਦਾ ਹੈ ਦੇਖੋ ਫ렌ਜ ਬਹੁਤ ਹੀ ਅੱਛਾ ਲੱਗਦਾ ਸਲਾਦ ਦੇਖਣ ਨੂੰ ਵੀ ਖਾਂਚ ਵੀ ਬਹੁਤ ਵਧੀਆ ਬੰਦ ਹੈ ਵੀਕ ਦੇ ਵਿੱਚ ਅਸੀਂ ਇੱਕ ਦਿਨ ਜ਼ਰੂਰ ਦੁਪਹਿਰ ਦੇ ਲਈ ਸਕਿਪ ਕਰਦੇ ਹਾਂ ਬਾਕੀ ਖਾਣਾ ਸੀਗਾ ਸਲਾਦ ਖਾਣੇ ਬਹੁਤ ਹੀ ਅੱਛਾ ਦਿਨ ਨਾਲ ਸੇਤ ਵੀ ਸਹੀ ਰਹਿੰਦੀ ਹੈ ਪਲੀਜ਼ ਤੁਸੀਂ ਜੂ ਟਰਾਈ ਕਰਿਓ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਸੋ ਮੱਚ ਧੰਨਵਾਦ ਵੀਡੀਓ ਦੇਖਣ ਲਈ